ਭੇਟਾਂ ਨਾਲ ਮਸਤੀ ਆਊਗੀ, ਠੀਕ ਆਨੰਦ ਆ ਸਕਦਾ, ਜਿੱਦਾਂ ਮਿਊਜ਼ਿਕ ਢੋਲ ਵੱਜਦੇ ਆ ਭੰਗੜਾ ਪਾ ਸਕਦੇ ਹਾਂ। ਹੁਣ ਇੱਦਾਂ ਇਕਾਂਤ ਜੇ ਬੈਠ ਕੇ ਨਾਮ ਜਪਣ ਨਾਲ ਪਰਮਾਤਮਾ ਮਿਲੂਗੇ ਕਿ ਭੇਟਾਂ ਸੁਣਨੇ ਨਾਲ। ਸਲੀਲ ਤਾਂ ਸਾਰੇ ਤਰ੍ਹਾਂ ਦੇ ਪਾਠ ਆ, ਜੇ ਧੂਣਾ ਲੱਗਦਾ ਭੇਟਾਂ ਗਾਈਆਂ ਜਾਂਦੀਆਂ ਸੁਣਾਈਆਂ ਜਾਂਦੀਆਂ, ਫਿਰ ਸਤਸੰਗ ਹੁੰਦਾ, ਫਿਰ ਨਾਮ ਵੀ ਜਪਾਇਆ ਜਾਂਦਾ। ਬਾਬਾ ਜੀ ਕਹਿੰਦੇ ਕਿ ਬਾਕੀ ਸਾਰੇ ਵਿਹੜੇ, ਕਈ ਪ੍ਰਕਾਰ ਦੇ ਵਿਹੜੇ ਭਵਸਾਗਰ ਜਾਂਦੇ ਆ, ਸੇਵਾ ਵਾਲੇ ਵੀ ਹੋਰ ਪ੍ਰਕਾਰ ਦੇ ਵੀ, ਪਰ ਅੰਤ ਸਮੇਂ ਇੱਕੋ ਹੀ ਵਿਹੜਾ ਪਾਰ ਹੋਣਾ ਜਿਨ੍ਹਾਂ ਨੇ ਉਸ ਪਰਮਾਤਮਾ ਦਾ ਨਾਮ ਜਪਿਆ। ਸਲੇਰਨ ਧਾਮ ਸੇਵਾ ਚੱਲਦੀ, ਜਾਦੂ ਟੂਣਾ ਨਹੀਂ ਕੋਈ ਵੀ ਚੱਲਦਾ। ਜੋ ਸੰਗਤ ਪੈਸਾ ਚੜ੍ਹਾਉਂਦੀ ਹੈ ਉਹਦੇ ਨਾਲ ਬਾਬਾ ਜੀ ਦਾ ਭਵਨ ਬਣਦਾ ਆ। ਪਰਮਾਤਮਾ ਨਾਲ ਜੋੜਦੇ ਅਸੀਂ ਆਪਣੇ ਆਪ ਨਾਲ ਨਹੀਂ ਜੋੜਦੇ, ਅਸੀਂ ਨਾ ਕੋਈ ਸੰਤ ਹਾਂ ਨਾ ਕੋਈ ਸਾਧੂ ਹਾਂ, ਸਧਾਰਨ ਜਿਹਾ ਇਨਸਾਨ ਹਾਂ। ਤੁਸੀਂ ਕਿਸੇ ਤੋਂ ਪੈਸੇ ਫੜ ਲਏ, ਬੋਰੋ ਕਰ ਲਏ, ਉਧਾਰ ਲੈ ਲਏ, ਅਤੇ ਤੁਹਾਨੂੰ ਮੋੜਨੇ ਪੈਣੇ, ਉਹਦੀਆਂ ਗੱਲਾਂ ਸੁਣਨੀਆਂ ਪੈਣੀਆਂ, ਮੈਂ ਇਹਨੂੰ ਇੱਦਾਂ ਪੈਸੇ ਦਿੱਤੇ ਸੀ, ਇੰਨੇ ਨੂੰ ਦਿੱਤੇ ਸੀ, ਦਿੰਦਾ ਨਹੀਂ, ਇੱਦਾਂ ਜੇ ਉਹ। ਜਿਹੜੇ ਕਹਿੰਦੇ ਅਸੀਂ ਹਮ ਤੋਂ ਬਾਬੇ ਹੈ ਮੁੰਡੇ, ਕਹਿੰਦੀ ਸਾਨੂੰ ਪਾਉਣ ਆਉਂਦੀ, ਕੀ ਪਤਾ ਹੁਣ ਉਹ ਬਾਬਾ ਜੀ ਦੀ ਪਾਉਣ ਆ ਕਿ ਪ੍ਰੀਤ ਆਤਮਾ ਖੇਲਦੀ ਹੈ, ਕੋਈ ਫਰਮਾਨ ਤਾਂ ਹੈ ਹੀ ਨਹੀਂ। ਜਦੋਂ ਤਕਦੀਰ ਚੇਂਜ ਹੁੰਦੀ ਹੈ, ਰੰਗ ਰੂਪ ਚੇਂਜ ਹੁੰਦਾ, ਉੱਥੋਂ ਪਤਾ ਲੱਗਦਾ ਕਿ ਬਾਬਾ ਜੀ ਦਾ ਸੱਚਾ ਭਗਤ ਆ ਕਿ ਝੂਠਾ ਆ। ਜਕਾਰਾ ਪਾਉਣਾ ਹਰੀ ਬਾਬਾ ਜੀ ਦਾ, ਜਕਾਰਾ ਦੁੱਧਾ ਤਾਰੀ ਬਾਬਾ ਜੀ ਦਾ। ਅੱਛਾ, ਜਿੱਦਾਂ ਹੁਣ ਆਪਾਂ ਭੇਟਾਂ ਵੀ ਸੁਣਦੇ ਹਾਂ, ਭੇਟਾਂ ਗਾਉਂਦੇ ਵੀ ਹਾਂ, ਕਿਸੇ ਵੇਲੇ ਸਾਡਾ ਵੀ ਧਿਆਨ ਲੱਗ ਜਾਂਦਾ, ਮੈਂ ਵੀ ਭੇਟਾਂ ਗਾਉਂਦਾ ਹੁੰਦਾ, ਬੜਾ ਆਨੰਦ ਆਉਂਦਾ ਬਾਬਾ ਜੀ ਨਾਲ ਪ੍ਰੇਮ ਦੇ ਵਿੱਚ ਸਲੋਕ ਬੋਲਣੇ, ਭੇਟਾਂ ਗਾਉਣੀਆਂ, ਬੜੇ ਮਜ਼ੇ ਲੈਂਦੇ ਹਾਂ। ਭੇਟਾਂ ਗਾਈਆਂ ਵੀ, ਸੁਣੀਆਂ ਵੀ, ਤੁਸੀਂ ਵੀ ਸੁਣਦੇ ਹਾਂ, ਸਾਰੇ ਜਣੇ ਜਿੰਨੇ ਜਣੇ ਬੈਠੇ ਆ, ਕਥਾ ਸੁਣਾਉਣੀ ਆ, ਗਿਆਨ ਲੈਣਾ ਇਹਦੇ ਵਿੱਚੋਂ। ਆਪਾਂ ਇਹ ਨਹੀਂ ਕਹਿੰਦੇ ਕਿ ਭੇਟਾਂ ਸੁਣਨੀਆਂ ਗਲਤ ਆ ਜਾਂ ਗਾਉਣੀਆਂ ਗਲਤ ਆ, ਕਿ ਅਸੀਂ ਵੀ ਜਦੋਂ ਬਾਬਾ ਜੀ ਦੇ ਚਾਲਾ ਲੈ ਕੇ ਜਾਂਦੇ ਤੁਰ ਕੇ ਧੂਣਾ ਲੱਗਦਾ ਭੇਟਾਂ ਗਾਉਂਦੇ ਹਾਂ, ਪਰ ਇੱਕ ਗਿਆਨ ਦੀਆਂ ਗੱਲਾਂ 'ਚੋਂ ਗਿਆਨ ਪੈਦਾ ਹੁੰਦਾ ਹੈ। ਅਤੇ ਜਦੋਂ ਹੁਣ ਜਿੱਦਾਂ ਭੇਟਾਂ ਚੱਲਦੀਆਂ ਪਈਆਂ, ਭੇਟਾਂ ਚੱਲੀ ਜਾਂਦੀਆਂ ਸੁਣਦੇ ਹਾਂ, ਭੇਟਾਂ ਨਾਲ ਮਸਤੀ ਆਊਗੀ, ਠੀਕ ਆਨੰਦ ਆ ਸਕਦਾ, ਜਿੱਦਾਂ ਮਿਊਜ਼ਿਕ ਢੋਲ ਵੱਜਦੇ ਆ ਭੰਗੜਾ ਪਾ ਸਕਦੇ ਹਾਂ। ਅਤੇ ਦੂਜੇ ਪਾਸੇ ਜਿਹੜਾ ਨਾਮ ਭਜਨ ਦਿੱਤਾ ਜਾਂਦਾ ਸਲੇਰਨ ਧਾਮ ਤੋਂ, ਸਾਨੂੰ ਦੂਸਰਿਆਂ ਦਾ ਨਹੀਂ ਪਤਾ, ਜਦੋਂ ਨਾਮ ਭਜਨ ਮਿਲਦਾ ਸਾਲ, ਕਈਆਂ ਨੂੰ ਸਾਲ 'ਚ, ਕਈਆਂ ਨੂੰ 6 ਮਹੀਨਿਆਂ 'ਚ, ਕਈਆਂ ਨੂੰ 3 ਮਹੀਨਿਆਂ 'ਚ, ਕਈਆਂ 2 ਸਾਲ 'ਚ, ਕਿਸੇ ਨੂੰ 5 ਸਾਲ 'ਚ, ਕਈਆਂ ਨੂੰ ਬਾਬਾ ਜੀ ਦੇ ਦਰਸ਼ਨ ਹੋਈ ਜਾਂਦੇ ਆ, ਕਈਆਂ ਨੂੰ ਨਾਮ ਦੇ ਉਹਦੇ ਹਲਾਰੇ ਆਈ ਜਾਂਦੇ ਆ। ਅੱਛਾ, ਹੁਣ ਇੱਦਾਂ ਇਕਾਂਤ ਜੇ ਬੈਠ ਕੇ ਨਾਮ ਜਪਣ ਨਾਲ ਪਰਮਾਤਮਾ ਮਿਲੂਗੇ ਕਿ ਭੇਟਾਂ ਸੁਣਨੇ ਨਾਲ? ਨਾਮ ਜਪਣ ਨਾਲ ਸਹਿਮਤ ਹੈ ਜੀ ਨਾ? ਅਤੇ ਇੱਦਾਂ ਹੀ ਇੱਕ ਕਹਾਣੀ ਆ ਇੱਕ ਲੜਕੀ ਦੀ, ਉਹ ਕਹਿੰਦੀ ਮੈਂ ਸਤਸੰਗ ਸੁਣਿਆ, ਆਤਮਾ ਨੂੰ ਬਹੁਤ ਆਨੰਦ ਆਇਆ। ਕਹਿੰਦੀ ਮੈਂ ਕਿਹਾ ਮੈਂ ਸੰਤਾਂ ਦੀ ਆਵਾਜ਼ ਸੁਣੀ ਆ ਪਰ ਫੋਟੋ ਨਹੀਂ ਆਉਂਦੀ। ਕਹਿੰਦੀ ਮੈਂ ਰੋਜ਼ ਸਤਸੰਗ ਸੁਣਨਾ, ਬੜਾ ਆਨੰਦ ਆਉਣਾ, ਬਹੁਤ ਆਨੰਦ ਆਉਣਾ। ਕਹਿੰਦੀ ਸਾਡੇ ਘਰ 'ਚ ਬਹੁਤ ਗਰੀਬੀ, 2 ਭੈਣਾਂ ਆ, ਮਾਂ ਆ, ਪਿਤਾ ਨੇ ਡਿਵੋਰਸ ਦੇ ਦਿੱਤਾ, ਕਿਸੇ ਕਾਰਨ ਕੋਈ ਝਗੜਾ ਹੋਇਆ। ਕਹਿੰਦੇ ਗਰੀਬੀ ਬਹੁਤ ਕੱਟੀ, ਬਹੁਤ ਜ਼ਿਆਦਾ ਗਰੀਬੀ ਕੱਟੀ, ਕਿਸੇ ਵੇਲੇ ਘਰ 'ਚ ਰੋਟੀ ਵੀ ਖਾਣ ਨੂੰ ਨਹੀਂ, ਬੜੀ ਤੰਗੀ ਹੈ, ਪਰ ਬਾਬਾ ਜੀ ਨਾਲ ਬੇਅੰਥਾ ਪ੍ਰੇਮ। ਹੁਣ ਤੁਸੀਂ ਦੇਖੋ ਇਸ ਪਰਿਵਾਰ 'ਚ ਕੋਈ ਮੁੰਡਾ ਤਾਂ ਹੈ ਹੀ ਨਹੀਂ, 2 ਭੈਣਾਂ ਅਤੇ 1 ਮਾਂ ਆ। ਹੁਣ ਉਹਨਾਂ ਕੋਲ ਮੰਦਰ ਆਉਣ ਲਈ ਕੋਈ ਪੈਸਾ ਵੀ ਹੈ ਨਹੀਂ, ਬੜੀ ਤੰਗੀ ਹੈ ਘਰ 'ਚ।
ਪਤਾ ਨਹੀਂ ਬਾਬਾ ਜੀ ਨੇ ਕੀ ਲੀਲਾ ਰਚਾਈ। ਪੌਣਾ ਹਰੀ ਸਿੱਧ ਜੋਗੀ, ਜਦੋਂ ਦਿਆਲ ਹੁੰਦੇ ਫਿਰ ਕਮੀਆਂ ਨਹੀਂ ਰਹਿਣ ਦਿੰਦੇ। ਬਾਬਾ ਜੀ ਨੇ ਐਸਾ ਖੇਲ ਰਚਾਇਆ, ਉਹਨਾਂ ਨੂੰ ਸਲੇਰਨ ਧਾਮ ਲੈ ਆਉਂਦਾ, ਕੋਈ ਗੱਡੀ ਮਿਲ ਗਈ ਸਲੇਰਨ ਧਾਮ ਆਉਣ ਵਾਲੀ, ਜਿੱਦਾਂ ਉਹਨਾਂ ਦੇ ਇਲਾਕੇ 'ਚੋਂ ਸਲੇਰਨ ਧਾਮ ਪਹੁੰਚ ਗਏ। ਚਲੋ ਉੱਥੇ ਜਦੋਂ ਪਹੁੰਚੇ ਕਹਿੰਦੇ ਬਹੁਤ ਆਨੰਦ ਆਇਆ, ਸਤਸੰਗ ਸੁਣਿਆ, ਧੂਣਾ ਲੱਗਿਆ, ਭੇਟਾਂ ਵੀ ਸੁਣੀਆਂ, ਸਤਸੰਗ ਵੀ ਹੋਇਆ। ਸਲੇਰਨ ਧਾਮ ਸਾਰੇ ਤਰ੍ਹਾਂ ਦੇ ਪਾਠ ਆ, ਜੇ ਧੂਣਾ ਲੱਗਦਾ ਭੇਟਾਂ ਗਾਈਆਂ ਜਾਂਦੀਆਂ ਸੁਣਾਈਆਂ ਜਾਂਦੀਆਂ, ਫਿਰ ਸਤਸੰਗ ਹੁੰਦਾ, ਫਿਰ ਨਾਮ ਵੀ ਜਪਾਇਆ ਜਾਂਦਾ। ਬਾਬਾ ਜੀ ਕਹਿੰਦੇ ਕਿ ਬਾਕੀ ਸਾਰੇ ਬੇੜੇ, ਕਈ ਪ੍ਰਕਾਰ ਦੇ ਬੇੜੇ ਭਾਵ ਸਾਗਰ ਜਾਂਦੇ ਆ, ਸੇਵਾ ਵਾਲੇ ਵੀ, ਹੋਰ ਪ੍ਰਕਾਰ ਦੇ ਵੀ। ਜਿਹਦਾ ਇੱਕ ਐਗਜ਼ਾਮਪਲ ਦਿੰਦੇ ਹਾਂ, ਜੇ ਸਮੁੰਦਰ ਦੇ ਵਿੱਚੋਂ ਕਈ ਬੇੜੇ ਲੰਘਦੇ ਆ, ਕਿਸੇ 'ਚ ਮੋਟਰਸਾਈਕਲ ਆ, ਕਿਸੇ 'ਚ ਲੱਕੜ ਦਾ ਵਪਾਰ ਹੋ ਰਿਹਾ, ਕਿਸੇ 'ਚ ਕਾਰਾਂ ਆ ਜਾਂਦੀਆਂ, ਕਿਸੇ 'ਚ ਸ਼ਿਪ ਜਾਂਦੇ ਆ, ਪਰ ਅੰਤ ਸਮੇਂ ਇੱਕੋ ਹੀ ਬੇੜਾ ਪਾਰ ਹੋਣਾ, ਜਿਨ੍ਹਾਂ ਨੇ ਉਸ ਪਰਮਾਤਮਾ ਦਾ ਨਾਮ ਜਪਿਆ। ਨਾਮ ਜਪਣ ਵਾਲਿਆਂ ਦਾ ਬੇੜਾ ਪਾਰ ਆ, ਬਾਕੀ ਸਾਰੇ ਬੇੜੇ ਡੋਲ ਡੋਲ ਕੇ ਡੁੱਬ ਜਾਣੇ ਆ। ਨਾਮ ਜਪਣਾ ਹੀ ਮੁਕਤੀ ਹੋਣੀ ਆ। ਪੌਣਾ ਹਾਰੀ ਜੀ ਨੇ ਖੇਲ ਰਚਾਇਆ, ਭਾਗ ਜਾਗੇ ਸੰਗਤਾਂ ਦੇ, ਉਹਨਾਂ ਦੇ ਹੁਣ ਭਾਗ ਜਾਗਣੇ ਸੀ, ਉਹ ਸਲੇਰਨ ਆ ਗਏ। ਸਲੇਰਨ ਆਏ, ਉਹਨਾਂ ਦੀ ਮਾਂ ਭਗਤੀ ਵਾਲੀ ਸੀਗੀ, ਗਿਆਨਵਾਨ ਸੀ। ਮਾਂ ਨੇ ਕਿਹਾ ਕਿ ਜਦੋਂ ਅਗਲੀ ਵਾਰੀ ਆਉਣਾ, ਘਰੋਂ ਆਟਾ ਅਤੇ ਚਾਵਲ ਲੈ ਕੇ ਆਉਣੇ ਆ, ਘਰ ਭਾਵੇਂ ਗਰੀਬੀ ਆ, ਕੱਪਾ ਵਰਤ ਰੱਖ ਲਿਆ ਕਰਨਾ, ਜਿਹੜਾ ਆਟਾ ਇੱਥੇ ਘਰ ਖਾਂਦੇ ਹਾਂ, ਚਾਵਲ ਇੱਥੇ ਖਾਂਦੇ, ਉੱਥੇ ਸੰਗਤ 'ਚ ਲੰਗਰ 'ਚ ਪਾ ਦਿਆ ਕਰਨੇ, ਪਾਈਆ ਖੰਡ, ਉੱਥੇ ਰੋਟੀ ਮਿਲਦੀ ਹੈ, ਉੱਥੇ ਲੰਗਰ ਛਕ ਲਿਆ ਕਰਨਾ। ਉਹ ਕਹਿੰਦੇ ਅਸੀਂ ਹਰ ਵਾਰੀ ਇੱਦਾਂ ਕਰਨਾ ਪਏ। ਹੁਣ ਜਾਦੂ ਟੂਣਾ ਨਹੀਂ ਸਲੇਰਨ ਧਾਮ, ਸਲੇਰਨ ਧਾਮ ਸੇਵਾ ਚੱਲਦੀ, ਜਾਦੂ ਟੂਣਾ ਨਹੀਂ ਕੋਈ ਵੀ ਚੱਲਦਾ। ਜੋ ਸੰਗਤ ਪੈਸਾ ਚੜ੍ਹਾਉਂਦੀ ਆ, ਉਹਦੇ ਨਾਲ ਬਾਬਾ ਜੀ ਦਾ ਭਵਨ ਬਣਦਾ ਆ, ਰਾਤ ਦਿਨ ਭਵਨ ਬਣਦਾ, ਰਾਤ ਦਿਨ ਲੰਗਰ ਚੱਲਦੇ ਆ, ਅਤੇ ਜਾਦੂ ਟੂਣੇ ਚੱਲਦੇ, ਨਾ ਕਿਸੇ ਦੀ ਨਿੰਦਿਆ, ਨਾ ਕਿਸੇ ਦੀ ਚੁਗਲੀ। ਪਰਮਾਤਮਾ ਨਾਲ ਜੋੜਦੇ ਅਸੀਂ ਆਪਣੇ ਆਪ ਨਾਲ ਨਹੀਂ ਜੋੜਦੇ। ਅਸੀਂ ਨਾ ਕੋਈ ਸੰਤ ਹਾਂ, ਨਾ ਕੋਈ ਸਾਧੂ ਹਾਂ, ਸਧਾਰਨ ਜਿਹਾ ਇਨਸਾਨ ਹਾਂ। ਹੁਣ ਉਹਨਾਂ ਦੀ ਜਿਹੜੀ ਸੇਵਾ ਆ, ਉਹਨਾਂ ਨੇ ਆ ਕੇ ਸੇਵਾ ਕਰਨੀ, ਮਾਂ ਨੇ ਵੀ, ਧੀਆਂ ਨੇ ਵੀ ਸੇਵਾ ਕਰਨੀ। ਸਮਾਂ ਪਿਆ, ਲੀਲਾਧਾਰੀ ਕਲਾਧਾਰੀ ਜਦੋਂ ਖੇਲ ਰਚਾਉਂਦੇ ਆ, ਕਿਸੇ ਨੂੰ ਕੁਛ ਨਹੀਂ ਪਤਾ ਲੱਗਦਾ, ਉਹਦੀਆਂ ਉਹੀ ਜਾਣੇ। ਤੁਸੀਂ ਕਿਸੇ ਤੋਂ ਪੈਸੇ ਫੜ ਲਏ, ਬੋਰੋ ਕਰ ਲਏ, ਉਧਾਰ ਲੈ ਲਏ, ਅਤੇ ਤੁਹਾਨੂੰ ਮੋੜਨੇ ਪੈਣੇ ਆ, ਉਹਦੀਆਂ ਗੱਲਾਂ ਸੁਣਨੀਆਂ ਪੈਣੀਆਂ। ਮੈਂ ਇਹਨੂੰ ਇੱਦਾਂ ਪੈਸੇ ਦਿੱਤੇ ਸੀ, ਇੰਨੇ ਨੂੰ ਦਿੱਤੇ ਸੀ, ਦਿੰਦਾ ਨਹੀਂ, ਇੱਦਾਂ ਜੇ ਵੋ। ਜਦੋਂ ਪਰਮਾਤਮਾ ਦਿੰਦਾ, ਉਹ ਫਿਰ ਪੱਲੇ ਭਰ ਦਿੰਦਾ, ਕਿਸੇ ਨੂੰ ਸੁਣਾਉਂਦਾ ਨਹੀਂ। ਹੁਣ ਬਾਬਾ ਜੀ ਨੇ ਟਾਈਮ ਆ ਗਿਆ ਸੀ ਉਹਨਾਂ ਦੀ ਸੇਵਾ ਦਾ, ਕਿਉਂਕਿ ਥੋੜ੍ਹਾ ਥੋੜ੍ਹਾ ਆਟਾ ਲੈ ਕੇ ਆਉਂਦੇ ਸੀ, ਉਹਨਾਂ ਨੂੰ ਪਤਾ ਸੀ ਉੱਥੇ ਲੰਗਰ ਚੱਲਦਾ 24 ਘੰਟੇ। ਬਾਬਾ ਜੀ ਇਹ ਨਹੀਂ ਦੇਖਦੇ ਕਿ ਇਹਨੇ ਟੱਕਾਂ 'ਚ ਸਮਾਨ ਚੜ੍ਹਾਇਆ ਜਾਂ ਬੋਰੀਆਂ 'ਚ ਚੜ੍ਹਾਇਆ ਜਾਂ ਇਹਨੇ ਸੋਨਾ ਚੜ੍ਹਾਇਆ, ਉਹ ਹਿਰਦਾ ਦੇਖਦੇ ਭਗਤਾ। ਜੇ ਦਾਨੀ ਭਾਵੇਂ ਸੱਚਾ ਹੋਵੇ, ਭਾਵੇਂ ਪਾਈਆ ਹੀ ਚੌਲ ਚੜ੍ਹਾਏ ਹੋਣ, ਭਾਵੇਂ ਪਾਈਆ ਹੀ ਆਟਾ ਚੜ੍ਹਾਇਆ ਹੋਵੇ, ਮਨਜ਼ੂਰੀ ਲੱਗ ਗਈ, ਉਹਨਾਂ ਦੀ ਮਨਜ਼ੂਰੀ ਲੱਗ ਗਈ। ਇੱਕ ਘਰ ਨੂੰ ਜਾ ਰਹੀ ਸੀ ਸਲੇਰਨ ਤੋਂ, ਅਤੇ ਰਸਤੇ ਵਿੱਚ ਫੋਨ ਆਇਆ ਉਹਨਾਂ ਦੇ ਪਰਿਵਾਰ ਦਾ ਇੰਗਲੈਂਡ ਤੋਂ। ਉਹ ਕਹਿੰਦੇ ਜੀ ਸਾਡੇ ਜਿੱਦਾਂ ਪੈਨਸ਼ਨ ਵੱਧ ਗਈ, ਉਹ ਲੜਕੀਆਂ ਦੇ ਨਾਨਾ ਜੀ ਸੀਗੇ ਬਾਹਰ, ਹੋਰ ਕੋਈ ਨਹੀਂ ਸੀ, ਨਾਨਾ ਬਹੁਤ ਬਿਰਧ। ਜਦੋਂ ਉੱਧਰੋਂ ਪੈਨਸ਼ਨ ਵਧੀ ਅਤੇ ਉਹਨਾਂ ਦੀ ਉੱਧਰੋਂ ਟੈਨਸ਼ਨ ਘਟੀ। ਹੁਣ ਜਦੋਂ ਟੈਨਸ਼ਨ ਕਿੱਦਾਂ ਘਟ ਗਈ, ਪੈਸੇ ਵੱਧ ਗਏ, ਉਹ ਨਾਨਾ ਜੀ ਨੇ ਪੈਸੇ ਪਾਉਣੇ ਸ਼ੁਰੂ ਕਰਤੇ। ਉਹ ਫਿਰ ਲੜਕੀ ਨੇ ਦੱਸਿਆ, ਕਹਿੰਦੀ ਜਦੋਂ ਘਰ ਪੈਸੇ ਆਉਣੇ, ਅਸੀਂ ਹੌਲੀ ਹੌਲੀ ਥੋੜ੍ਹੇ ਥੋੜ੍ਹੇ ਪੈਸੇ ਇਕੱਠੇ ਕੀਤੇ, ਆਪਣੀ ਭੈਣ ਦਾ ਵਿਆਹ ਕਰ ਦਿੱਤਾ। ਇੱਕ ਵਿਆਹ ਹੋ ਗਈ। ਟਾਈਮ ਪਿਆ, ਸਲੇਰਨ ਆਉਂਦੇ ਰਹੇ, ਮੱਥਾ ਟੇਕਣਾ, ਸੇਵਾ ਕਰਨੀ। ਫਿਰ ਇੱਕ ਦਿਨ ਵਕਤ ਆਇਆ, ਕਹਿੰਦੇ ਸਾਡੇ ਘਰ ਵਿੱਚ ਨਾ ਫਰਿੱਜ ਨੂੰ ਅੱਗ ਲੱਗ ਗਈ। ਕਹਿੰਦੇ ਅਸੀਂ ਘਰ ਨਹੀਂ ਸੀਗੇ, ਫਰਿੱਜ ਨੂੰ ਜਦੋਂ ਅੱਗ ਲੱਗੀ, ਧੂੰਆਂ ਹੀ ਧੂੰਆਂ ਹੋ ਗਿਆ।
ਦਰਵਾਜ਼ਾ ਖੋਲ੍ਹਿਆ, ਕਹਿੰਦੇ ਜਦੋਂ ਤਫਰੇ ਜਲੂ ਹੋਏ ਉਹਦੇ ਉੱਤੇ, ਉਹਨਾਂ ਦੇ ਆਪਣਾ ਹੀ ਸਰੂਪ ਸੀ, ਉਹਨਾਂ ਦੇ ਪਰਿਵਾਰ ਦੇ ਫੈਮਿਲੀ ਦੇ, ਅਤੇ ਉਹਨੂੰ ਅੱਗ ਲੱਗ ਗਈ, ਉਹ ਲੂ ਹੋ ਗਿਆ ਸਾਰਾ, ਫਰਿੱਜ ਵੀ ਲੂ ਹੋ ਗਈ, ਧੂੰਆਂ ਹੀ ਧੂੰਆਂ ਹੋਇਆ, ਪਿੰਡ ਦੇ ਵੀ ਕਹਿੰਦੇ ਵੀ ਘਰ ਅੱਗ ਲੱਗ ਗਈ, ਸਭ ਕੁਝ ਖਤਮ ਹੋ ਜਾਣਾ, ਨੁਕਸਾਨ ਨਹੀਂ, ਸਿਰਫ ਫੋਟੋ ਲੂ ਹੋਈ। ਜਦੋਂ ਫੋਟੋ ਲੂ ਹੋ ਗਈ ਤਾਂ ਉਹਦੇ ਬੈਕ ਸਾਈਡ ਦੇ ਉੱਤੇ ਇੱਦਾਂ ਸ਼ੇਸ਼ਨਾਗ ਬਣ ਗਿਆ, ਆਹ ਰਸਤਾ ਮਿਲ ਗਿਆ ਹੁਣ, ਉਹ ਧੂੰਏ ਨੇ ਸ਼ੇਸ਼ਨਾਗ ਬਣਾ ਤਾ ਆਪਣੇ ਆਪ। ਪਿੰਡ ਦਿਆਂ ਨੇ ਵੀ ਦਰਸ਼ਨ ਕੀਤੇ, ਉਹਨਾਂ ਨੇ ਵੀ ਦਰਸ਼ਨ ਕੀਤੇ, ਫਿਰ ਉਹ ਦਰਬਾਰ 'ਤੇ ਆਏ, ਫਿਰ ਬਾਬਾ ਜੀ ਨਾਲ ਪ੍ਰੇਮ ਕੀਤਾ, ਫਿਰ ਉਹ ਲੜਕੀ ਨੇ ਵਰਤ ਰੱਖਣੇ ਸ਼ੁਰੂ ਕੀਤੇ। ਜ਼ਰੂਰੀ ਨਹੀਂ ਕਿ ਮੁੰਡੇ ਹੀ ਵਰਤ ਰੱਖਦੇ ਆ, ਲੜਕੀ ਨੇ ਗਿਆਨ ਲਿਆ, ਨਾਮ ਭਜ ਲਿਆ ਇਸ ਲਿਰਨ ਧਾਮ ਤੋਂ, ਉਹਨੇ ਲਸਣ ਮਸਰ ਸਭ ਕੁਛ ਛੱਡਤਾ। ਚਲੋ ਮੀਟ ਸ਼ਰਾਬ ਅੰਡਾ ਤਾਂ ਪਹਿਲਾਂ ਨਹੀਂ ਸਿਖਾਉਂਦੀ, ਲਸਣ ਅਤੇ ਮਸਰ ਵੀ ਨਹੀਂ ਸਿਖਾਉਂਦੀ, ਤਿਆਗ ਦਿੱਤੇ, ਨਮਕ ਛੱਡਿਆ। 11 ਮਹੀਨੇ ਕੁੜੀ ਨੇ ਲੂਣ ਨਹੀਂ ਖਾਧਾ, ਵਰਤ ਰੱਖੇ ਲਗਾਤਾਰ। ਫਿਰ ਸਲੇਰਨ ਧਾਮ ਆਈ, ਬਾਬਾ ਜੀ ਸਰਵ ਕਲਾ ਸੰਪੂਰਨ ਸਰੂਪ ਸਾਡਾ ਆ, ਉਹਨੂੰ ਕਿਸੇ ਰੂਪ ਦੇ ਦਰਸ਼ਨ ਹੋਏ, ਹੁਣ ਚਿਹਰਾ ਸਾਡਾ ਆ, ਕਰਦੇ ਬਾਬਾ ਜੀ ਆ, ਅਸੀਂ ਕੋਈ ਸੰਤ ਸਾਧੂ ਨਹੀਂ, ਸਧਾਰਨ ਜਿਹਾ ਇਨਸਾਨ ਹਾਂ। ਜਦੋਂ ਬਾਬਾ ਜੀ ਨੇ ਬੇੜਾ ਬੰਨੇ ਲਾਉਣਾ, ਪਤਾ ਨਹੀਂ ਕਿਸ ਰੂਪ ਵਿੱਚ ਲਾਉਣਾ, ਬਾਬਾ ਜੀ ਨੇ ਇੰਨਾ ਕੁ ਸੁੰਦਰ ਰੂਪ ਵਿੱਚ ਉਹਨੂੰ ਦਰਸ਼ਨ ਦਿੱਤੇ। ਜਦੋਂ ਉਹਨੂੰ ਦਰਸ਼ਨ ਹੋਏ, ਆਨੰਦਮਈ ਹੋ ਗਈ, ਖੁਸ਼ੀਆਂ ਹੀ ਖੁਸ਼ੀਆਂ ਹੋ ਗਈਆਂ ਜ਼ਿੰਦਗੀ 'ਚ। ਬਸ ਫਿਰ ਉਹਨਾਂ ਨੇ ਆਖੇ ਸਲੇਰਨ ਧਾਮ ਸਾਡੇ ਨਾਲ ਇੱਦਾਂ ਮੁਲਾਕਾਤ ਹੋਈ, ਅਸੀਂ ਪੁੱਛਿਆ ਕਿ ਲੈ ਵੀ ਆ 2 ਮਹੀਨੇ ਅਸੀਂ ਸੰਗਤ ਨੂੰ ਮਿਲੇ ਨਹੀਂ, ਕਿ ਕਿਹਨੇ ਕਿਹਨੇ ਸਾਡੇ ਨਾਲ ਇੱਦਾਂ ਮੁਲਾਕਾਤ ਕੀਤੀ ਹੈ, ਕਿਹਨੂੰ ਦਰਸ਼ਨ ਹੋਏ ਜਿਹੜੇ ਸਲੇਰਨ ਰਹਿੰਦੇ ਵੀ ਆ ਜਾਂ ਹੋਰ ਸੰਗਤਾਂ ਨੂੰ ਵੀ। ਹਜ਼ਾਰਾਂ ਹੀ ਭਗਤਾਂ ਨੇ ਹੱਥ ਖੜੇ ਕੀਤੇ, ਕਹਿੰਦੇ ਗੁਰੂ ਜੀ ਇਸ ਰੂਪ 'ਚ ਦਰਸ਼ਨ ਹੋਏ, ਇਸ ਰੂਪ 'ਚ। ਉਸ ਲੜਕੀ ਨੇ ਜਦੋਂ ਦੱਸਿਆ ਉਹਦਾ ਚਿਹਰਾ ਲਾਲ ਹੋ ਗਿਆ, ਕਹਿੰਦੇ ਜਿਹੜਾ ਰੰਗ ਵਹਿਣਾ ਉੱਥੋਂ ਪਤਾ ਲੱਗ ਜਾਂਦਾ ਜਦੋਂ ਤੁਹਾਡਾ ਚਿਹਰਾ ਚੇਂਜ ਹੋ ਜਾਏ, ਰੂਪ ਚੜ੍ਹਦਾ ਹੋਵੇ। ਜੋਗੀ ਵਾਲਾ ਰੰਗ ਕਿਸੇ ਨੂੰ ਚੜ੍ਹਦਾ ਹੈ, ਬੜੀ ਦੁਨੀਆ ਤੁਰੀ ਫਿਰਦੀ ਹੈ, ਕੁੜੀ ਦਾ ਰੂਪ ਸੁੰਦਰ ਹੋਣ ਲੱਗ ਪਿਆ, ਰੰਗ ਲਾਲ ਹੋਣ ਲੱਗ ਪਿਆ। ਬਸ ਇੱਦਾਂ ਦੂਰੋਂ ਮੁਲਾਕਾਤ ਹੋਈ, ਪਰ ਸਾਡੇ ਨਾਲ 3 ਸਾਲ ਹੋ ਗਏ ਉਹਨਾਂ ਨੂੰ ਆਉਂਦਿਆਂ ਨੂੰ, ਕਦੀ ਇੱਦਾਂ ਆਹਮੋ ਸਾਹਮਣੇ ਹੈਲੋ ਹਾਏ ਨਹੀਂ ਹੋਈ। ਦੂਰੋਂ ਸੰਗਤ 'ਚ ਬੈਠ ਕੇ ਦਰਸ਼ਨ ਹੋਏ, ਗੱਲਬਾਤ ਹੋਈ, ਉਸ ਦਿਨ ਖੜ੍ਹੇ ਖੜ੍ਹਿਆਂ ਨੇ ਹੈਲੋ ਹੋਈ, ਕਹਿੰਦੇ ਜੀ ਮੈਂ ਬਾਹਰ ਜਾਣਾ ਚਾਹੁੰਦੀ। ਸਾਡੇ ਮੂੰਹੋਂ ਨਿਕਲ ਕਹਿੰਦੇ ਜਾ ਚਲੀ ਜਾ, ਪਤਾ ਨਹੀਂ, ਉਮਰ ਵੀ ਛੋਟੀ, ਪਹਿਲੀ ਵਾਰੀ 'ਚ ਪਾਸਪੋਰਟ ਲਾਇਆ, ਉਹਨੂੰ ਵੀਜ਼ਾ ਮਿਲ ਗਿਆ। ਸਲੇਰਨ ਧਾਮ ਬਾਬਾ ਜੀ ਦਾ ਇਹ ਉਹ ਪਾਵਨ ਪਵਿੱਤਰ ਦਰਬਾਰ ਆ, ਜਿੱਥੋਂ ਨਾ ਅਸੀਂ ਕਿਸੇ ਨੂੰ ਕੁੜੀ ਦਿੰਦੇ, ਨਾ ਮੁੰਡਾ ਦਿੰਦੇ, ਨਾ ਬਾਹਰਲਾ ਵੀਜ਼ਾ ਦਿੰਦੇ ਹਾਂ, ਪਰ ਇਸ ਦਰ ਤੋਂ ਖਾਲੀ ਕੋਈ ਨਹੀਂ ਜਾਂਦਾ। ਫੈਕਟਰੀਆਂ ਚੱਲਦੀਆਂ ਭਗਤਾਂ ਦੀਆਂ, ਬਾਹਰਲੇ ਦੇਸ਼ਾਂ ਵਿਦੇਸ਼ਾਂ 'ਚ, ਵਰਲਡ 'ਚ ਕੋਈ ਇਹੋ ਜਿਹੀ ਕੰਟਰੀ ਨਹੀਂ ਜਿੱਥੇ ਸਲੇਰਨ ਧਾਮ ਦਾ ਕੋਈ ਭਗਤ ਨਾ ਪਹੁੰਚਿਆ ਹੋਵੇ। ਦੁਨੀਆਂ ਨੂੰ ਕੀ ਕਰਨਾ, ਕਈ ਕਹਿੰਦੇ ਸਾਡੇ ਲੱਖਾਂ ਹੀ ਕਰੋੜਾਂ ਹੀ ਸ਼ੇਸ਼ ਆ, ਸੱਚੇ ਹੋਣ ਭਾਵੇਂ 5 ਹੀ ਹੋਣ ਪਾਂਡਵਾਂ ਵਰਗੇ, ਕੁਛ ਕਰਨ ਵਾਲੇ ਹੋਣ, ਗੱਪੀ ਤਾਂ ਬਥੇਰੇ ਤੁਰੇ ਫਿਰਦੇ ਆ। ਸੱਚੇ ਹੋਣ, ਚਾਹੇ ਕੁੜੀਆਂ ਹੋਣ ਚਾਹੇ ਮੁੰਡੇ ਹੋਣ, 5-7 ਹੀ ਬਹੁਤ ਖਰੇ ਆ, ਮਰ ਮਿਟਣੇ ਵਾਲੇ ਹੋਣ। ਬਾਬਾ ਜੀ ਜਿਹਨਾਂ ਦੀ ਕਹਿਣ ਕਿ ਲੈ ਵੀ ਪਰਮਾਤਮਾ ਤੇਰੇ ਲਈ ਆਹ ਜ਼ਿੰਦਗੀ ਤੇਰੇ ਲਈ ਆ, ਮਰ ਕਰ ਵੀ ਅਮਰ ਨਾਮ ਹੈ ਉਸ ਜੀਵ ਕਾ ਜੋ ਪਰਮਾਤਮਾ ਲਈ ਆਪਣਾ ਜੀਵਨ ਬਲਿਦਾਨ ਕਰ ਦੇਵੇ। ਮਰ ਕੇ ਅਮਰ ਹੋ ਜਾਂਦੇ ਜਿਹੜਾ ਆਪਣੀ ਜ਼ਿੰਦਗੀ ਦਾਅ ਤੇ ਲਾ ਜਾਂਦੇ ਆ, ਉਹ ਬਿਰਲੇ ਬਿਰਲੇ ਭਗਤ ਹੋਣੇ ਆ। ਫਿਰ ਕੁੜੀ ਦਾ ਬਾਹਰਲਾ ਵੀਜ਼ਾ ਲੱਗ ਗਿਆ, ਛਣਾ ਪਲਾਂ 'ਚ ਕੋਈ ਇੰਟਰਵਿਊ ਨਹੀਂ, ਕੋਈ ਪ੍ਰੋਬਲਮ ਨਹੀਂ ਆਈ, ਉਹ ਕੁੜੀ ਵੀ ਬਾਬਾ ਜੀ ਨੇ ਇੰਗਲੈਂਡ ਭੇਜ ਦਿੱਤੀ। ਹੁਣ ਇੰਗਲੈਂਡ ਕਿਸ ਚੀਜ਼ ਨਾਲ ਚਲ ਗਈ, ਜਿਹੜੀ ਉਹਦੀ 11 ਮਹੀਨੇ ਉਹਨੇ ਤਪੱਸਿਆ ਕੀਤੀ, ਨਮਕ ਨਹੀਂ ਖਾਧਾ, ਬਾਬਾ ਜੀ ਨੇ ਭਗਤੀ ਦਾ ਮੁੱਲ ਮੋੜਿਆ ਉਸ ਲੜਕੀ ਦਾ। ਬਾਬਾ ਜੀ ਨੇ ਨਹੀਂ ਦੇਖਿਆ ਕਿ ਮੁੰਡਾ ਆ, ਜਾਣੀ ਕਿ ਇੱਥੋਂ ਇਹ ਗਿਆਨ ਮਿਲਦਾ, ਜਿਹੜੇ ਕਹਿੰਦੇ ਅਸੀਂ ਹਮ ਤੋਂ ਬਾਬੇ ਹੈ ਮੁੰਡੇ,
ਇਹਦੀ ਸਾਨੂੰ ਪੌਣ ਆਉਂਦੀ ਹੈ। ਕੀ ਪਤਾ ਹੁਣ ਬਾਬਾ ਜੀ ਦੀ ਪੌਣ ਆ ਕਿ ਪ੍ਰੀਤ ਆਤਮਾ ਖੇਲਦੀ ਹੈ, ਕੋਈ ਫਰਮਾਨ ਤਾਂ ਹੈ ਹੀ ਨਹੀਂ। ਜਦੋਂ ਤਕਦੀਰ ਚੇਂਜ ਹੁੰਦੀ ਹੈ, ਰੰਗ ਰੂਪ ਚੇਂਜ ਹੁੰਦਾ, ਉੱਥੋਂ ਪਤਾ ਲੱਗਦਾ ਕਿ ਬਾਬਾ ਜੀ ਦਾ ਸੱਚਾ ਭਗਤ ਆ ਕਿ ਝੂਠਾ ਆ। ਜਿਹਨੂੰ ਉਹਦੇ ਨਾਮ ਦਾ ਰੰਗ ਚੜ੍ਹੇ, ਜਿਹਦਾ ਚਿਹਰਾ ਚੇਂਜ ਹੋ ਜਾਏ, ਉਹ ਬਾਬਾ ਜੀ ਦਾ ਭਗਤ। ਸੱਚੀ ਭਗਤੀ ਕਿਤੇ ਕਿਤੇ ਮਿਲਦੀ ਆ। ਬਸ ਉਹ ਕਹਿੰਦੀ ਨਾਮ ਭਜਨ ਮਿਲਿਆ, 3 ਸਾਲ 'ਚ ਮੁਲਾਕਾਤ ਨਹੀਂ ਹੋਈ, ਪਰ ਕਹਿੰਦੀ ਭੈਣ ਵੀ ਵਿਆਹ ਹੋ ਗਈ, ਮੈਂ ਵੀ ਇੰਗਲੈਂਡ ਆ ਗਈ, ਨਾਨਾ ਜੀ ਦੀ ਪੈਨਸ਼ਨ ਵਧੀ, ਸਾਡੀ ਕਹਿੰਦੀ ਟੈਨਸ਼ਨ ਘਟੀ, ਅਤੇ ਇਸ ਕਰਕੇ ਟੈਨਸ਼ਨਾਂ ਘਟਾਉਣੀਆਂ ਆ। ਬਾਬਾ ਜੀ ਦੀ ਭਗਤੀ ਕਹਿੰਦੀ ਬਹੁਤ ਸੱਚੇ ਦਰਬਾਰ ਕੀ ਜੈ, ਜੈਕਾਰਾ ਪਾਉਣਾ ਹਰੀ ਬਾਬਾ ਜੀ ਦਾ।